ਸਿੱਧੂ ਮੂਸੇਵਾਲਾ ਨਾਲ 올ਡ ਸਕੂਲ ਵਰਗਾ ਹਿੱਟ ਗੀਤ ਕਰਨ ਵਾਲੇ ਰੈਪਰ ਨਸੀਬ ਨੇ ਵੀ ਅੱਜ ਬੱਚੇ ਦੀ ਖਬਰ ਮਿਲਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਬਾਪੂ ਬਲਕੌਰ ਸਿੰਘ ਦੀ ਬੱਚੇ ਵਾਲੀ ਪੋਸਟ ਸ਼ੇਅਰ ਕਰਦੇ ਹੋਏ ਸਾਰੇ ਸਿੱਧੂ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਹਨ ਨਸੀਬ ਨੇ ਲਿਖਿਆ ਕੰਗ੍ਰੈਚੁਲੇਸ਼ਨ ਟੂ ਸਿੱਧੂ ਫੈਮਿਲੀ ਵਾਹਿਗੁਰੂ ਮੇਰ ਕਰੇ ਐਮੀ ਵਰਕ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਾਪੂ ਬਲਕੌਰ ਸਿੰਘ ਦੀ ਪੋਸਟ ਸ਼ੇਅਰ ਕਰਕੇ ਵਾਹਿਗੁਰੂ ਲਿਖਿਆ ਹੈ ਇਸਦੇ ਨਾਲ ਹੀ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਰੇਸ਼ਮ ਅਨਮੋਲ ਦੀ ਜਿਸ ਨੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਕੋਲ ਖੁਸ਼ੀ ਆਉਣ ਤੇ ਵਧਾਈ ਦਿੰਦੇ ਹੋਏ ਲੱਤਾਂ ਖਿੱਚਣ ਵਾਲਿਆਂ ਨੂੰ ਕੀ ਜਵਾਬ ਦਿੱਤਾ ਦੇਖੋ ਅੱਗੇ ਪੂਰੀ ਵੀਡੀਓ ਦੋਸਤੋ ਪਿਆਰ ਅਦਿਸਤਕਾਰ ਪੈਸਾ ਸਿਕਾਲ ਸਾਰਿਆਂ ਨੂੰ ਅੱਜ ਐਦਾਂ ਲੱਗਦਾ ਹੈ ਕਿ ਸਾਡਾ ਮੂਸੇਵਾਲਾ ਸਾਡੇ ਕੋਲ ਦੁਬਾਰੇ ਵਾਪਸ ਆ ਗਿਆ ਉਹਦੀ ਸੋਨੀ ਹਵੇਲੀ ਦੇ ਵਿੱਚ ਖੁਸ਼ੀਆਂ ਦੁਬਾਰੇ ਵਾਪਸ ਆਈਆਂ ਨੇ ਸਿੱਧੂ ਬਾਈ ਦੇ ਮਾਪਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਦਿਲ ਤੋਂ ਮੁਬਾਰਕਾਂ ਔਰ ਜਦੋਂ ਆਪਾਂ ਸਾਰਿਆਂ ਨੇ ਕਰੋੜਾਂ ਲੋਕਾਂ ਨੇ ਅਰਦਾਸ ਕੀਤੀ ਹੈ ਬਾਈ ਸਿੱਧੂ ਦੇ ਪਰਿਵਾਰ ਲਈ ਇਦਾਂ ਹੀ ਆਪਣੀ ਜ਼ਿੰਦਗੀ ਦਾ ਇਹਨੂੰ ਆਪਾਂ ਹਿੱਸਾ ਬਣਾ ਲਈਏ ਕਿ ਆਪਾਂ ਡੇਲੀ ਸਾਰਿਆਂ ਦੀ ਅਰਦਾਸ ਕਰਨੀ ਹੈ ਤੁਸੀਂ ਦੂਜੀ ਗੱਲ ਮੇਰੇ ਵਰਗੇ ਮੂਰਖ ਸਮਾਜ ਦੇ ਉਹਨਾਂ ਠੇਕੇਦਾਰਾਂ ਲਈ ਹੈ ਜਿਹੜਾ ਕੋਈ ਕਲਾਕਾਰਾਂ ਨੂੰ ਨਚਾਰ ਦੱਸਦਾ ਹੈ ਪਿੱਛੇ ਜੀ ਦਿਲਜੀਤ ਜਾਂ ਹੋਰ ਕਲਾਕਾਰਾਂ ਨੂੰ ਜਿਹੜੇ ਮਾੜਾ ਕਹਿੰਦੇ ਨੇ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਕਿਸੇ ਨੇ ਛੋਣਾ ਇਹ ਦੇ ਕਿ ਸੜਨਾ ਬੰਦ ਕਰੋ ਲੱਤਾਂ ਖਿੱਚਣੀਆਂ ਬੰਦ ਕਰੋ ਜਦੋਂ ਇਨਸਾਨ ਚਾਹੁੰਦਾ ਉਹਦੀ ਕਦਰ ਕਰਨਾ